ਇੱਕ ਤੇਜ਼ ਰਫ਼ਤਾਰ ਕਾਰ ਅਤੇ ਬਾਈਕ ਦੇ ਵਿਚਕਾਰ ਟੱਕਰ ਹੋਈ ਹੈ, ਜਿਸ 'ਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਬਾਈਕ 'ਤੇ ਬੈਠੀ ਇੱਕ ਔਰਤ ਅਤੇ ਬੱਚੀ ਜ਼ਖਮੀ ਹੋਈ ਹੈ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇੱਕ ਤੇਜ਼ ਰਫ਼ਤਾਰ 'ਤੇ ਆ ਰਹੀ ਕਰੇਟਾ ਕਾਰ ਨੇ ਸਾਹਮਣੇ ਤੋਂ ਆ ਰਹੇ ਇੱਕ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਵਿਅਕਤੀ ਦੀ ਮੌਤ ਹੋ ਗਈ ਹੈ। ਤਾਂ ਹਰਜਿੰਦਰ ਸਿੰਘ ਨਾਮਕ ਸ਼ਖਸ ਦੀ ਮੌਤ ਹੋਈ ਹੈ, ਜਦਕਿ ਉਸਦੀ ਪਤਨੀ ਅਤੇ ਉਸਦੀ ਬੇਟੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਅਤੇ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਕਰੇਟਾ ਗੱਡੀ ਦਾ ਅਗਲਾ ਹਿੱਸਾ ਹੈ, ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਅਤੇ ਦੂਜੇ ਪਾਸੇ ਪਲੈਟੀਨਾ ਮੋਟਰਸਾਈਕਲ ਜੋ ਹੈ ਉਹ ਬਿਲਕੁਲ ਹੀ ਚਕਨਾ ਚੂਰ ਹੋ ਗਿਆ। ਤਾਂ ਨਵਾਂ ਸ਼ਹਿਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਅੱਜ ਸਵੇਰੇ ਵਾਪਰੇ ਇਸ ਹਾਦਸੇ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਕੀ ਬੋਲਾਂ ਇਹ ਸਰ, ਐਕਸੀਡੈਂਟ ਕਿੱਦਾਂ ਹੋਇਆ ਜੀ? ਐਕਸੀਡੈਂਟ ਇੱਕ ਗੱਡੀ ਹੈ ਕਰੇਟਾ ਨੰਬਰ 30 FH 5025। ਅੱਛਾ ਜੀ। ਇਹਦਾ ਡਰਾਈਵਰ ਦਾ ਨਾਂ ਹੈਗਾ ਮਨਿੰਦਰ ਸਿੰਘ, ਸਾਨਾ ਜਰਨੈਲ ਸਿੰਘ, ਵਾਸੀ ਕੋਟਲਾ, ਥਾਣਾ ਮਾਲਪੁਰ, ਜ਼ਿਲ੍ਹਾ ਹੁਸ਼ਿਆਰਪੁਰ। ਅਤੇ ਇਹਦੇ ਵਿੱਚ ਇੱਕ ਡੈਥ ਹੋ ਗਈ ਆ। ਇਹ ਸਾਰਾ ਪਰਿਵਾਰ ਜਾ ਰਿਹਾ ਸੀ, ਘਰਵਾਲੀ ਔਰ ਲੜਕੀ। ਠੀਕ ਹੈ। ਅਤੇ ਹਰਜਿੰਦਰ ਸਿੰਘ ਅੰਮ੍ਰਿਤ ਸਿੰਘ, ਹਰਜਿੰਦਰ ਸਿੰਘ ਕਾਲਾ, ਥਾਣਾ ਉੱਤਰ ਲੋਕ ਸਿੰਘ, ਵਾਸੀ ਲਾਦੀਆਂ, ਥਾਣਾ ਬਹਿਰਾਮ, ਉਮਰ ਕਰੀਬ ਇਹਦੇ 51 ਸਾਲ ਹੈ। ਹਾਂਜੀ। ਇਹਦੀ ਮੌਕੇ 'ਤੇ ਡੈਥ ਹੋ ਗਈ ਹੈ ਜੀ। ਅਤੇ ਇਹਦੀ ਘਰਵਾਲੀ ਦਾ ਨਾਮ ਹੈ ਪਲਵਿੰਦਰ ਕੌਰ, ਹਾਂਜੀ, ਉਮਰ ਕਰੀਬ 47 ਸਾਲ, ਔਰ ਲੜਕੀ ਦਾ ਨਾਮ ਹੈ ਸਿਮਰਨ ਕੌਰ। ਔਰ ਇਹ ਤਿੰਨੇ ਜਣੇ ਮੋਟਰਸਾਈਕਲ ਨੰਬਰ PB 32R 1308 ਮਾਲਕਾ ਬਰਤੀਨਾ, ਉਹ 'ਤੇ ਸਵਾਰ ਹੋ ਕੇ ਪਿੰਡ ਲਾਦੀਆਂ ਨੂੰ ਜਾ ਰਹੇ ਸੀ। ਔਰ ਜੋ ਆਪਣੀ ਕਰੇਟਾ ਕਾਰ ਹੈ, ਕਰੇਟਾ ਕਾਰ ਲਾਦੀਆਂ ਤੋਂ ਕਟਾਰੀਆਂ ਨੂੰ ਆ ਰਹੀ ਸੀ। ਔਰ ਜੋ ਸ਼ਹੀਦ ਊਧਮ ਸਿੰਘ ਸਕੂਲ ਦੇ ਓਪੋਜਿਟ ਇਹਨਾਂ ਦਾ ਐਕਸੀਡੈਂਟ ਹੋ ਗਿਆ, ਔਰ ਹਰਜਿੰਦਰ ਸਿੰਘ ਦੀ ਮੌਕੇ 'ਤੇ ਡੈਥ ਹੋ ਗਈ, ਔਰ ਪਤਨੀ ਦੇ ਲੜਕੀ ਗੰਭੀਰ ਜ਼ਖਮੀ ਆ, ਜਿਹਨਾਂ ਨੂੰ ਜੇਲ੍ਹ ਆ ਯਾਤਰਾ ਦੇ ਚੱਲ ਗਿਆ ਆ ਰੋਂਗ ਸਾਈਡ 'ਤੇ। ਠੀਕ ਹੈ। ਤੇਜ਼ ਰਫ਼ਤਾਰ ਸੀ ਜੀ? ਤੇਜ਼ ਰਫ਼ਤਾਰ ਸੀ ਕੀ ਕਾਰ ਦੀ? ਹਾਂ, ਲਾਪਰਵਾਹੀ ਨਾਲ ਤੇਜ਼ ਰਫ਼ਤਾਰ, ਉਹਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜੀ। ਹਾਂਜੀ। ਮਨਿੰਦਰ ਸਿੰਘ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।